ਲੋ ਜੀ ਇਹ ਵੇ ਤਖਤੀ ਲੱਗੀ ਦੀ ਗੂੰਗਾ ਪਹਿਲਵਾਨ ਹੁਰਾਂ ਦੀ ਜੇ ਕਬਰ ਦੇ ਸਿਰਹਾਣੇ ਦੇਖੋ ਤੁਹਾਡੇ ਬੇਟੇ ਜਿਹੜੇ ਨੇ ਉਹ ਤੇ ਨਹੀਂ ਭਲਵਾਨੀਆਂ ਲਾ ਰਹੇ ਨਹੀਂ ਜੀ ਅਜੇ ਕਿਉਂਕਿ ਹੁਣ ਸ਼ੌਕ ਬਹੁਤ ਮਹਿੰਗਾ ਹੁਣ ਸ਼ੌਕ ਬਹੁਤ ਮਹਿੰਗਾ ਮਹਿੰਗੇ ਤੋਂ ਬੁਲਾ ਦੇ ਕਿ ਜਿੰਨੀਆਂ ਕੁ ਮਹਿੰਗਾਈ ਹੈ ਜਾਂ ਜਿਸ ਤਰ੍ਹਾਂ ਵੀ ਇਹ ਕੰਮ ਬਸ ਉਹ ਪ੍ਰੋਫੈਸ਼ਨਲੀ ਤੱਕ ਨਹੀਂ ਲੇਕਿਨ ਸ਼ੌਕ ਤੱਕ ਆਪਣਾ ਕੰਮ ਜਿਹੜਾ ਨਾ ਉਹ ਹੁੰਦਾ ਯਾਨੀ ਕਿ ਜਿਹੜਾ ਇੱਕ ਖਾਨਦਾਨ ਸੀ ਅੱਗੋਂ ਨਵੀਂ ਨਸਲੋਂ ਜਿਹੜੀ ਹੈ ਨਾ ਜੀ ਉਹ ਹੁਣ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਹਾਂਜੀ ਹਾਂਜੀ ਬਸ ਉਹ ਕਿਉਂਕਿ ਹੁਣ ਸਾਡੇ ਐਡੇ ਵੱਡੇ ਵੀ ਨੇ ਜਿਹੜੇ ਕਿ ਜਿਹੜੇ ਅਖਾੜੇ 'ਚ ਬੈਠੇ ਹੋਣ ਇਹ ਭਲਵਾਨੀਆਂ ਉਦੋਂ ਹੀ ਹੁੰਦੀਆਂ ਨੇ ਜਦੋਂ ਅਖਾੜੇ 'ਚ ਆਪੀ ਵੀ ਬੰਦਾ ਬੈਠਾ ਹੋਵੇ ਲਓ ਜੀ ਦੋਸਤੋ ਮੈਂ ਔਰੰਗਜ਼ੇਬ ਬੇਗ ਔਰ ਇਸ ਵੇਲੇ ਖੜਾ ਵਾਂ ਜ਼ਿਲ੍ਹਾ ਸਿਆਲਕੋਟ ਦੇ ਕੋਲ ਇੱਕ ਪਿੰਡ ਹੈਗਾ ਉਗੋਗੀ ਦੇ ਕੋਲ ਜਿਹਦਾ ਨਾਂ ਹੈ ਜਾਰ ਉੱਥੇ ਬਰੇ ਸਗੀਰ ਦੇ ਨਾਮਵਰ ਪਹਿਲਵਾਨ ਗੂੰਗਾ ਪਹਿਲਵਾਨ ਜਿਨ੍ਹਾਂ ਦਾ ਪੂਰਾ ਨਾਂ ਸੀ ਫਿਰੋਜ਼ਦੀਨ ਅਲ ਮਰੂਫ ਗੂੰਗਾ ਪਹਿਲਵਾਨ ਉਹਨਾਂ ਨੇ ਜਨਮ ਲਿਆ ਅਤੇ ਇਸ ਪਿੰਡ ਦੇ 'ਚ ਅੱਜ ਵੀ ਉਹਨਾਂ ਦਾ ਪੁਰਾਣਾ ਅਖਾੜਾ ਮੌਜੂਦ ਹੈ ਉਹ ਅਖਾੜਾ ਵੀ ਤੁਹਾਨੂੰ ਵਹਾਲਦੇ ਹਾਂ ਅਤੇ ਇਹ ਪਿੰਡ ਦਾ ਮੇਨ ਜਿਹੜਾ ਰਸਤਾ ਨਾ ਉਹ ਹੈ ਜਿੱਥੇ ਉਹਨਾਂ ਦੇ ਨਾਂ ਦੀ ਇਹ ਇੱਕ ਯਾਦਗਾਰੀ ਜਿਹੜੀ ਹੈ ਨਾ ਤਖਤੀ ਵੀ ਲੱਗੀ ਹੈ ਜਿਹਦੇ 'ਤੇ ਲਿਖਿਆ ਫਿਰੋਜ਼ਦੀਨ ਅਲ ਮਰੂਫ ਗੂੰਗਾ ਪਹਿਲਵਾਨ ਅਤੇ ਇਹ ਜਨਾਬ ਪਿੰਡ ਹੈਗਾ ਸਿਆਲਕੋਟ ਦੇ ਕੋਲ ਕਸਬਾ ਉਗੋਗੀ ਅਤੇ ਉੱਥੇ ਅਤੇ ਚਲੋ ਤੁਹਾਨੂੰ ਜਾ ਕੇ ਉਹਨਾਂ ਦਾ ਉਹ ਜਿਹੜਾ ਅਖਾੜਾ ਨਾ ਉਹ ਵਹਾਲਦੇ ਹਾਂ ਲਓ ਜੀ ਹੈ ਗੂੰਗਾ ਪਹਿਲਵਾਨ ਦੇ ਅਖਾੜੇ ਦੇ ਸਾਹਮਣੇ ਪੁਰਾਣਾ ਦਰਖਤ ਹੈਗਾ ਬੋਰਡ ਦਾ ਅਤੇ ਇਹ ਸਾਹਮਣੇ ਜਿਹੜਾ ਨਾ ਉਹ ਤਰੀਖੀ ਅਖਾੜਾ ਜਿੱਥੇ ਬਰੇ ਸਗੀਰ ਦੇ ਨਾਮਵਰ ਭਲਵਾਨ ਗੂੰਗਾ ਪਹਿਲਵਾਨ ਜਿਨ੍ਹਾਂ ਨੂੰ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਬਲਕਿ ਪੂਰਾ ਜਿਹੜਾ ਮੂਲਾ ਕਿ ਉਹਦੇ 'ਚ ਲੋਕ ਜਾਣਦੇ ਨੇ ਔਰ ਉਹਨਾਂ ਦੇ ਫਨ ਵੀ ਜਾਣਦੇ ਨੇ ਅਤੇ ਇਹ ਉਹਨਾਂ ਦੀ ਬਾਹਰ ਹਵੇਲੀ ਹੈ ਇਹ ਉਹ ਤਰੀਖੀ ਪੁਰਾਣਾ ਅਖਾੜਾ ਇਹਦੇ ਅੰਦਰ ਚੱਲ ਕੇ ਤੁਹਾਨੂੰ ਮਾਹੌਲ ਵਹਾਲਦੇ ਹਾਂ ਜਿੱਥੇ ਗੂੰਗਾ ਪਹਿਲਵਾਨ ਜੀ ਪ੍ਰੈਕਟਿਸ ਕਰਦੇ ਹੁੰਦੇ ਹਨ ਅਤੇ ਫਿਰ ਉਹਨਾਂ ਦੇ ਕਾਰਨਾਮੇ ਨੂੰ ਸਾਰੀ ਦੁਨੀਆ ਜਾਣਦੀ ਹੈ ਕਿ ਕਿਸ ਤਰ੍ਹਾਂ ਉਹ ਰੁਸਤਮੇ ਹਿੰਦ ਬਣੇ ਅਤੇ ਬਹੁਤ ਸਾਰੇ ਟਾਈਟਲ ਉਹਨਾਂ ਨੇ ਆਪਣੇ ਨਾਂ ਕੀਤੇ ਲਓ ਜੀ ਦੋਸਤੋ ਮੈਂ ਆ ਗਿਆ ਇਸ ਵੇਲੇ ਗੂੰਗਾ ਭਲਵਾਨ ਹੋਰਾਂ ਦਾ ਜਿਹੜਾ ਅਖਾੜਾ ਸੀ ਉਹਦੇ ਅੰਦਰ ਅਤੇ ਇੱਥੇ ਤੁਹਾਨੂੰ ਵਹਾਲਦੇ ਹਾਂ ਕਿ ਉਹ ਕੁਝ ਸਮਾਨ ਲੱਭਦੇ ਹਾਂ ਕਿ ਜਿਹੜਾ ਗੂੰਗੇ ਹੋਰੀ ਜਿਹੜੇ ਸਾਨੂੰ ਇਸਤੇਮਾਲ ਕਰਦੇ ਹੁੰਦੇ ਸਨ ਫਿਰੋਜ਼ਦੀਨ ਅਲ ਮਰੂਫ ਗੂੰਗਾ ਭਲਵਾਨ ਜੀ ਅਤੇ ਅੱਜ ਉਹਨਾਂ ਦਾ ਅਖਾੜਾ ਕਿਸ ਹਾਲ ਦੇ 'ਚ ਉੱਥੇ ਕਿਹੜੀ ਕਿਹੜੀ ਚੀਜ਼ਾਂ ਮੌਜੂਦ ਨੇ ਕਿ ਜਿਹੜਾ ਕਿ ਉਹ ਭਲਵਾਨ ਯੂਜ਼ ਕਰਦੇ ਨੇ ਚਲੋ ਤੁਹਾਨੂੰ ਮੈਂ ਵਹਾਲ ਲਓ ਜੀ ਦੋਸਤੋ ਇਹ ਪਏ ਨੇ ਡੰਬਲ ਇਹ ਵੀ ਪੁਰਾਣੇ ਜ਼ਮਾਨੇ ਦੇ ਡੰਬਲ ਪਏ ਜੇ ਵੇਖੋ ਤੁਸੀਂ ਅਤੇ ਇੱਕ ਕਹੀ ਇਹ ਪਈ ਹੈ ਦਰਮਿਆਨੇ ਸਾਈਜ਼ ਦੀ ਕਹੀ ਹੈ ਅਤੇ ਇੱਕ ਕਹੀ ਵੱਡੇ ਸਾਈਜ਼ ਦੀ ਉਹ ਇਹ ਪਈ ਹੈ ਇਹ ਜਿਹੜਾ ਇਹਦਾ ਫਲ ਹੈ ਨਾ ਉਹ ਤਕਰੀਬਨ 1.5 ਫੁੱਟ ਦਾ ਚੌੜਾ ਲੰਬਾ ਅਤੇ ਚੌੜਾ ਅਤੇ ਇਹ ਦਸਤਾ ਵਿੱਚ ਚੰਗਾ ਨਾ ਪਾਇਆ ਹੈ ਅਤੇ ਇਹ ਜਨਾਬ ਜਿਹੜੇ ਪਏ ਨੇ ਨਾ ਇਹ ਪਤਾ ਨਹੀਂ ਕੀ ਇਹਨਾਂ ਨੂੰ ਕਿਹਾ ਜਾਂਦਾ ਆਪਣੀ ਜ਼ਬਾਨ ਦੇ ਵਿੱਚ ਲੇਕਿਨ ਮੈਂ ਤੁਹਾਨੂੰ ਚੁੱਕ ਕੇ ਵਹਾ ਲਾਂ ਇਹ ਦੇਖੋ ਜਨਾਬ ਠੀਕ ਹੈ ਨਾ ਜ਼ਬਰਦਸਤ ਹੋ ਗਿਆ ਕਿਆ ਬਾਤ ਜੀ ਇਹ ਭਲਵਾਨਾਂ ਦੇ ਜਿਹੜੇ ਔਜ਼ਾਰ ਹੈਗੇ ਨੇ ਇਹ ਜਨਾਬ ਇਹੋ ਹੀ ਸਾਰਾ ਕੁਝ ਸਰਮਾਇਆ ਭਲਵਾਨਾਂ ਦਾ ਅਤੇ ਇਹਦੇ ਸਿਰ 'ਤੇ ਭਲਵਾਨੀ ਕੀਤੀ ਜਾਂਦੀ ਹੈ ਅਤੇ ਚਲੋ ਜ਼ਰਾ ਅਖਾੜੇ 'ਚ ਚੱਲ ਕੇ ਨਾ ਅਤੇ ਹੁਣ ਉੱਥੇ ਵੇਹਨੇ ਮਾਹੌਲ ਲਓ ਜੀ ਦੋਸਤੋ ਮੈਂ ਹੁਣ ਇਸ ਵੇਲੇ ਚੱਲਾਂ ਅਖਾੜੇ ਦੇ ਅੰਦਰ ਅਤੇ ਅਖਾੜੇ ਦੀ ਜਿਹੜੀ ਨਾ ਉਹਦੀ ਉਹਦਾ ਰੂਹ ਲੇ ਵੇ ਉਹਦਾ ਅਦਬ ਇਹ ਵੇ ਕਿ ਜੁੱਤੀ ਪਾ ਕੇ ਨਹੀਂ ਜਾਣਾ ਅਤੇ ਜੁੱਤੀ ਮੈਂ ਲਾਹਨਾ ਅਤੇ ਫਿਰ ਮੈਂ ਅਖਾੜੇ ਦੇ ਅੰਦਰ ਜਾਣਾ ਕਿਉਂਕਿ ਥੋੜ੍ਹਾ ਜਿਹਾ ਅਖਾੜੇ ਅੰਦਰ ਜਾ ਕੇ ਤਾਂ ਅਸੀਂ ਵੇਹਨੇ ਹਾਂ ਕਿ ਸਾਡੇ ਭਲਵਾਨ ਜਿਹੜੇ ਸਨ ਸਾਡੇ ਹੀਰੋ ਗੂੰਗਾ ਭਲਵਾਨ ਉਹ ਜਿਹੜੇ ਅਖਾੜੇ ਦੇ ਵਿੱਚ ਜ਼ੋਰ ਕਰਦੇ ਸਨ ਜਾਂ ਜਿੱਥੇ ਉਹ ਮਿਹਨਤ ਕਰਕੇ ਅਤੇ ਭਲਵਾਨੀ ਕਰਕੇ ਅਤੇ ਜਨਾਬ ਅੱਗੇ ਗਏ ਨੇ ਉਸ ਅਖਾੜੇ ਜਾਂ ਮੈਂ ਜੁੱਤੀ ਲਾ ਲਈ ਹੈ ਅਤੇ ਹੁਣ ਚੱਲਦੇ ਹਾਂ ਅਖਾੜੇ ਦੇ ਅੰਦਰ ਆ ਜਾਓ
लो जी अल्लाह जानता बहुत भारी कही है, बड़ी वजनी कही है, कितने 10-12 किलो तो ज्यादा वजन है। ਭਲਵਾਨਾਂ ਦਾ ਹੀ ਕੰਮ ਹੈ, ਸਾਡਾ ਕੰਮ ਇਹ ਬਹੁਤ ਔਖਾ ਕੰਮ ਹੈ, ਸਾਡਾ ਕੰਮ ਵੀਡੀਓ ਬਣਾਉਣਾ, ਅਸੀਂ ਇੰਨੇ ਜੋਗੇ ਹਾਂ। ਇਹ ਬੜਾ ਪਾਵਰ ਵਾਲਾ, ਬੜਾ ਤਾਕਤ ਵਾਲਾ ਕੰਮ ਹੈ, ਕਈ ਚਲਾਣੀ। ਉਸਦੇ ਬਾਅਦ ਜਨਾਬ ਇਹ ਤੁਸੀਂ ਦੇਖੋ ਸੁਹਾਗਾ, ਇਹ ਵੇ ਸੁਹਾਗਾ, ਇਹਨੂੰ ਭਲਵਾਨ ਪਾ ਕੇ ਨਾ ਗਲੇ ਦੇ ਵਿੱਚ ਇਹ ਬੰਨਦੇ ਹੁੰਦੇ ਸਨ। ਹੁਣ ਮੈਨੂੰ ਐਗਜੈਕਟ ਨਹੀਂ ਪਤਾ, ਉਹ ਪਿੱਛੇ ਵਿੱਚ ਵੜ ਜਾਂਦੇ ਹੁੰਦੇ ਸਨ ਅਤੇ ਇਹਨੂੰ ਫਿਰ ਚਲਾਉਂਦੇ ਹੁੰਦੇ ਸਨ। ਦੇਖੋ ਐਵੇਂ ਸੁਹਾਗਾ ਦੋਸਤੋ, ਕਿੱਥੇ ਗਏ ਉਹ ਲੋਕ, ਹੈਂ? ਜ਼ਮਾਨਾ ਚੇਂਜ ਹੋ ਗਿਆ। ਇੱਕ ਦੌਰ ਸੀ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਇਕੱਠੇ ਮੁਲਕ ਹੁੰਦੇ ਸਨ, ਇੱਕ ਪੰਜਾਬ ਹੁੰਦਾ ਸੀ, ਅਤੇ ਭਲਵਾਨੀ ਦਾ ਦੌਰ ਸੀ। ਜਿਹੜੇ ਵੱਡੇ ਵੱਡੇ ਜ਼ੈਲਦਾਰ ਹੁੰਦੇ ਸਨ, ਮਹਾਰਾਜੇ ਹੁੰਦੇ ਸਨ, ਭਲਵਾਨਾਂ ਨੂੰ ਆਪਣੀ ਫਖਰ ਸਮਝਦੇ ਹਨ, ਉਹਨਾਂ ਨੂੰ ਪਾਲਣਾ, ਉਹਨਾਂ ਨੂੰ ਉਹਨਾਂ ਦਾ ਖਰਚਾ ਦਿੰਦੇ ਹੁੰਦੇ ਸਨ, ਉਹਨਾਂ ਨੂੰ ਬਦਾਮ ਪੱਲਿਓ ਲੈ ਕੇ ਖਵਾਲਦੇ ਹੁੰਦੇ ਸਨ, ਉਹਨਾਂ ਦਾ ਹਰ ਲਿਹਾਜ਼ ਨਾਲ ਖਿਆਲ ਰੱਖਦੇ ਹੁੰਦੇ ਹਨ। ਮੁਕਾਬਲਿਆਂ 'ਚ ਫਿਰ ਜਦੋਂ ਜਾਂਦੇ ਸਨ, ਫਿਰ ਜਿਹੜੇ ਮਹਾਰਾਜ ਦਾ ਭਲਵਾਨ ਜਿੱਦਾਂ ਹੁੰਦਾ ਸੀ, ਉਹਦੀ ਤਾਂ ਫਿਰ ਕਿਆ ਬਾਤ ਹੈ, ਉਹਦੇ ਤਾਂ ਪੈਰ ਹੀ ਜ਼ਮੀਨ 'ਤੇ ਨਹੀਂ ਸਨ ਲੱਗਦੇ। ਗੂੰਗਾ ਭਲਵਾਨ ਉਹਨਾਂ ਨੂੰ ਵੀ ਜਨਾਬ ਬੜੀ ਜਿਹੜਾ ਨਾ ਉਹ ਇਨਾਮਾਤ ਮਿਲਦੇ ਹੁੰਦੇ ਸਨ, ਕਿਉਂਕਿ ਇਹ ਜਿਸ ਤਰ੍ਹਾਂ ਬਜ਼ੁਰਗ ਦੱਸਦੇ ਨੇ, ਖਾਓ ਚੜ੍ਹਦੇ ਪੰਜਾਬ ਦੇ ਬਜ਼ੁਰਗ ਨੇ ਜਾਂ ਲੈਂਦੇ ਪੰਜਾਬ ਦੇ, ਉਹਨਾਂ ਨੇ ਦੱਸਿਆ ਕਿ ਇਹ ਗੂੰਗਾ ਭਲਵਾਨ ਭਲਵਾਨ ਜਦੋਂ ਕਰਦੀ ਆਪਣਾ ਮੁਕਾਬਲੇ ਅਖਾੜੇ ਦੇ 'ਚ ਹੁੰਦਾ ਸੀ ਨਾ, ਅਤੇ ਜਿੱਦਾਂ ਉਹਨੂੰ ਗੁੱਸਾ ਚੜ੍ਹ ਜਾਂਦਾ, ਇਹਨੇ ਲੋਕਾਂ ਨੂੰ ਪਤਾ ਕਿ ਭਲਵਾਨ ਨੂੰ ਮਾਰ ਨਾ ਦੇ ਕਿਤੇ, ਲੇਕਿਨ ਸਮਝਦਾਰ ਸਨ, ਯਾਨੀ ਇੰਨਾ ਕੁ ਜਨੂਨ 'ਚ ਭਲਵਾਨੀ ਕੀਤੀ ਇਹਨਾਂ ਨੇ ਰੁਸਤਮੇ ਹਿੰਦ। ਅਤੇ ਮੈਂ ਵੀਡੀਓ ਵੇਖੀਆਂ ਨੇ ਜਿਹੜੇ ਚੜ੍ਹਦੇ ਪੰਜਾਬ ਵੱਲ ਬਜ਼ੁਰਗ ਗਏ ਨੇ, ਸਿੱਖ ਸਰਦਾਰ ਹਿੰਦੂ, ਉਹਨਾਂ ਵੀ ਅਕਸਰ ਜ਼ਿਕਰ ਕੀਤਾ ਗੂੰਗਾ ਭਲਵਾਨ ਦਾ। ਅਤੇ ਮੈਂ ਫਿਰ ਅੱਜ ਆਇਆ ਉਹਨਾਂ ਦੇ ਪਿੰਡ ਜਾਰੀ, ਇਹਨੂੰ ਜਾਰੀ ਆਉਂਦੇ ਨੇ, ਲੇਕਿਨ ਉਹਦਾ ਨਾਂ ਜਾਰ, ਉੱਗੋਗੀ ਦੇ ਕੋਲ ਛੋਟਾ ਜਿਹਾ ਪਿੰਡ। ਅਤੇ ਇਹ ਉਹ ਅਖਾੜਾ ਜਿਹਦੇ ਵਿੱਚ ਅੱਜ ਵੀ ਸਮਾਨ ਮੌਜੂਦ ਹੈ, ਲੇਕਿਨ ਭਲਵਾਨ ਨਹੀਂ ਹੈਗੇ। ਉਸ ਪਾਏ ਦਾ ਭਲਵਾਨ ਹੁਣ ਕੋਈ ਨਹੀਂ, ਖਾੜੇ ਵਰਾਨ ਪਏ ਨੇ, ਨਵੀਂ ਨਸਲ ਹੈ, ਉਹ ਭਲਵਾਨੀ ਕਰਦੀ ਨਹੀਂ, ਉਹ ਜਨਾਬ ਟਿਕਟੋਕ 'ਤੇ ਮੋਬਾਈਲਾਂ 'ਤੇ ਲੱਗੇ ਹੁੰਦੇ ਨੇ, ਭਲਵਾਨੀ ਹੁੰਦੀ ਹੈ ਜ਼ੋਰ ਨਾਲ। ਅਤੇ ਅੱਜ ਕੱਲ੍ਹ ਅਖਾੜੇ ਨੇ, ਅਤੇ ਇਹ ਜਨਾਬ ਤੁਹਾਨੂੰ ਵਿਖਾ ਰਿਹਾ ਖਸੂਸੀ ਵੀਡੀਓ ਗੂੰਗਾ ਭਲਵਾਨ ਦਾ ਪਿੰਡ ਜਾਰ। ਅਤੇ ਇਹ ਜਨਾਬ ਉਹਨਾਂ ਦਾ ਅਖਾੜਾ, ਪਿੱਛੇ ਉਹਨਾਂ ਦੀਆਂ ਕਬਰਾਂ, ਇਹ ਸਾਰਾ ਹਾਤਾ ਜਨਾਬ ਉਹੋ ਹੀ ਪੁਰਾਣੇ ਦੌਰ 'ਤੇ ਪੁਰਾਣਿਆਂ ਦਾ ਸੀ। ਲਓ ਜੀ, ਇਹ ਵੇ ਤਖਤੀ ਲੱਗੀ ਦੀ ਗੂੰਗਾ ਪਹਿਲਵਾਨ ਹੁਰਾਂ ਦੀ ਜੀ ਕਬਰ ਦੇ ਸਿਰਹਾਣੇ, ਜਿਹਦੇ ਉੱਤੇ ਲਿਖਿਆ ਹੈ ਕਿ ਉਹਨਾਂ ਦਾ ਜਿਹੜਾ ਵਿਸਾਲ ਹੋਇਆ ਸੀ ਮਾਰਚ 1944 'ਚ, ਯਾਨੀ ਪਾਕਿਸਤਾਨ ਬਣਨ ਤੋਂ ਪਹਿਲੇ ਜਿਹੜਾ 3 ਸਾਲ ਉਹ ਇਸ ਦੁਨੀਆ ਤੋਂ ਚਲੇ ਗਏ ਸਨ। ਅਤੇ ਇੱਥੇ ਕੁਝ ਹੋਰ ਵੀ ਕਬਰਾਂ ਹੈਗੀਆਂ ਉਹਨਾਂ ਦੇ ਖਾਨਦਾਨ ਦੀਆਂ, ਉਹਨਾਂ ਦੀ ਫੈਮਿਲੀ ਦੇ ਜਿਹੜੇ ਪੁਰਾਣੇ ਲੋਕ ਜੇ ਇਸ ਦੁਨੀਆ ਤੋਂ ਜਾ ਚੁੱਕੇ ਨੇ, ਇਹ ਅਖਾੜੇ ਦੇ ਨਾਲ ਹੀ ਉਹਨਾਂ ਦੀਆਂ ਇਹ ਕਬਰਾਂ ਨੇ। ਅਤੇ ਇਹ ਅਖਾੜਾ, ਇਹ ਜਨਾਬ ਉਹ ਤਰੀਖੀ ਅਖਾੜਾ ਜਿੱਥੇ ਬਰੇਸਗੀਰ ਪਾਕੋ ਹਿੰਦ ਦੇ ਚਸ਼ਮੋ ਚਿਰਾਗ ਗੂੰਗਾ ਪਹਿਲਵਾਨ ਉਰੀ ਪ੍ਰੈਕਟਿਸ ਕਰਦੇ ਰਹੇ ਨੇ। ਅਤੇ ਇਹ ਜਨਾਬ ਉਹ ਅਖਾੜਾ ਤਾਂ ਦਿਖਾ ਲਿਆ, ਇਹ ਨਾਲ ਹੁਣ ਨਵੀਂ ਬਿਲਡਿੰਗ ਥੋੜ੍ਹੀ ਬਣੀ ਹੈ, ਇਹ ਮਤਲਬ ਭਲਵਾਨਾਂ ਦੇ ਬਹਿਣ ਬੂਨ ਲਈ ਆ ਜੋ ਵੀ ਸੂਰਤ ਹਾਲ ਹੈ। ਅਤੇ ਇਹ ਨਾਲ ਹੀ ਉੱਥੇ ਉਹਨਾਂ ਨੇ ਮਸਜਿਦ ਇੱਕ ਬਣਵਾਈ ਆ, ਮਸਜਿਦ ਦੇ ਜਿਹੜਾ ਨਾ ਇਹ ਉੱਤੇ ਸਪੀਕਰ ਲੱਗੇ ਨੇ। ਅਤੇ ਇਹ ਜਨਾਬ ਮਸਜਿਦ ਦਾ ਮਿਹਰਾਬ ਦਾ ਦਰਵਾਜ਼ਾ ਬਾਹਰਲੀ ਸਾਈਡ 'ਤੇ ਵੇ। ਅਤੇ ਇਹਦੇ ਇਹ ਜਿਹੜਾ ਹੱਥ ਹੈ ਇਹਦੇ ਵਿੱਚ ਗੂੰਗਾ ਭਲਵਾਨ ਅਤੇ ਉਹਨਾਂ ਦੇ ਜਿਹੜੇ ਖਾਨਦਾਨ ਦੇ ਜਿਹੜੇ ਹੋਰ ਬਜ਼ੁਰਗ ਸਨ, ਪੁਰਾਣੇ ਲੋਕ, ਉਹਨਾਂ ਦੀਆਂ ਕਬਰਾਂ ਬਣਾਈਆਂ ਗਈਆਂ। ਅਤੇ ਇਹ ਉਹ ਅਖਾੜਾ ਹੈ, ਪੁਰਾਣਾ ਅਖਾੜਾ, ਵੇਖੋ ਜੀ ਕੀ ਕਹਿੰਦੇ ਨੇ, ਬਾਬੇ ਬਗੈਰ ਬੱਕਰੀਆਂ ਨਹੀਂ ਚੁੱਕਦੀਆਂ। ਅੱਜ ਉਹ ਗੂੰਗਾ ਭਲਵਾਨ ਹੈ ਨਹੀਂ, ਅਤੇ ਅਖਾੜੇ ਵੀ ਜਿਹੜਾ ਨਾ ਉਹ ਵੀ ਵਿਰਾਨ ਨਜ਼ਰ ਆ ਰਿਹਾ, ਯਾਨੀ ਕਿ ਕੋਈ ਇੱਥੇ ਰੌਣਕ ਨਹੀਂ। ਨਹੀਂ ਤਾਂ ਭਲਵਾਨ ਜਦੋਂ ਇੱਥੇ ਹੁੰਦੇ ਸਨ ਜਾਂ ਭਲਵਾਨੀ ਹੁੰਦੀ ਸੀ, ਅਤੇ ਉਦੋਂ ਆਉਂਦੇ ਨੇ ਕਿ ਇੱਥੇ ਇੰਨੇ ਭਲਵਾਨੀ ਦਾ ਜ਼ੋਰ ਸੀ ਕਿ ਘਰ ਘਰ ਭਲਵਾਨ ਸਨ, ਸ਼ੌਕ ਸੀ ਜਿਨ੍ਹਾਂ ਨੂੰ, ਔਰ ਇਹ ਅਖਾੜਾ ਭਰਿਆ ਰਹਿੰਦਾ ਹੁੰਦਾ ਸੀ। ਇਹ ਜਨਾਬ ਅਖਾੜੇ ਦੇ ਕੋਲ ਹੀ ਅੱਜ ਵੀ ਉਹ ਜਿਹੜਾ ਨਾ ਉਹ ਪੋਸਟਰ ਇੱਕ ਲੱਗਿਆ, ਉਹ ਮੈਂ ਤੁਹਾਨੂੰ ਵਿਖਾ ਰਿਹਾ ਵਾਂ। ਇਹ ਲਿਖਿਆ ਜੀ ਉਹਨਾਂ ਦਾ ਜਿਹੜਾ ਉਰਸ ਵੀ ਇੱਥੇ ਹੁੰਦਾ, 5 ਮਾਰਚ ਬਮਕਾਮ ਗਾਓਂ ਝਾਰ, ਇਹ ਲੱਗਿਆ ਤਾ ਜੀ ਪੋਸਟਰ। ਅਤੇ ਉਹਨਾਂ ਇਹਦੇ ਵਿੱਚ ਉਹਨਾਂ ਦੇ ਵਾਲਦ ਵੀ ਜੀ ਨੇ, ਅਤੇ ਜਿਹੜੇ ਨੇ ਕੀ ਕਹਿੰਦੇ ਨੇ ਉਹਨਾਂ ਦੇ ਜਿਹੜੇ ਹੈ ਨੇ ਭਲਵਾਨ ਫਿਰੋਜ਼ਦੀਨ ਗਾਮੂ ਪਹਿਲਵਾਨ ਰੁਸਤਮੇ ਜ਼ਮਾਨ ਬਾਲੀ ਵਾਲੇ। ਅਤੇ ਇੱਧਰ ਜਨਾਬ ਇਹ ਦੇਖੋ ਜਨਾਬ ਗੂੰਗਾ ਭਲਵਾਨ ਉਹਨਾਂ ਦੀ ਫੋਟੋ ਲੱਗੀ ਹੈ, ਇਹ ਗੂੰਗਾ ਭਲਵਾਨ, ਇਹ ਗੂੰਗਾ ਭਲਵਾਨ,
क्या बात है जी। ए थले उन्होंने बेटे भी ने जिहड़ा कि सानू दस्या गया जी। दोस्तों मैं इस वेले मौजूद हाँ पिंड झार जिहड़ा कि वाकया है जिला सियालकोट के कोल कस्बा उगो की उहदे कोल ते इह पिंड हैगा फिरोजदीन अलमरूफ गूंगा पहलवान जिहड़ा कि रुस्तमे हिंद और बड़ा ना एक इस मुलक दा उन्होंने रोशन किया बल्कि उदों ते पाकिस्तान हिंद सन इकट्ठा ही हुंदा सी ते सारे लोग उन्होंने जानते हैं। मैं इस वेले उन्होंने पिंड च आया तो साडे नाल मौजूद ने उन्होंने निवासे बिलाल भाट साहब उन्होंने थोड़ा जिहा यादां शेयर करने आ कि उन्होंने जिहड़े अपने वड्डे बजुर्ग ने या जिहड़े इन्हां दे नाना सन गूंगा पहलवान उन्होंने बारे में जो की जानते हैं या उन्होंने किन्ना फखर है कि साडा पहलवाना का खानदान है। सलाम अलैकुम भाट साहब। वालेकुम सलाम जी। अच्छा भाट साहब थोड़ा दसो यादा अपने नाना जी के हवाले ना बाबा जी उन्होंने बारे थोड़ा जहाँ तुम की सुनिया तो थोड़ा दसो सानू। बाबा जी साढ़े बहुत वड्डे पहलवान सन रुस्तमे हिंद उन्होंने खिताब मिलिया मां बुश भलवान उन्होंने तीन कुश्तियां ढाईया गामे कलू वाले कुश्ती ढाई है। बाबा जी ने बहुत वड्डी कुश्ती थी एक जड़ा गामा कलू वाला सी बड़ा करख्त पहलवान सी लेकिन साढ़े बाबा जी ने अल्लाह के फजल नाल उन्होंने जड़ा ना गरा लिया सी। इन्हां नूं गूंगा पहलवान क्यों कहा जाता सी? बाबा जी शुरू तो बचपन तो जड़े सन ना वो इन्हां नूं तप ते बुखार होया सी उन्हां दी वजह नाल फिर उन्हां नूं जड़े ना मतलब के रखे होंगे ने हर वे लोग ने नवाबा ने वे लोग ने जागीरदार ने कह जी मेरा पहलवान है लेकिन वाह एक घराना सी गुंगे पहलवान का कि जिहड़ा किसे दा ये पहलवान नहीं सन ये अपना ही जिहड़ा खांदे पींदे सन ते उस टाइम च गामा कल्लू वाला जिहड़ा सी बहुत सख्त पहलवान सी ते फिर वो गोरी नूं किसे ने दस्या कि ऐसना ऐसना एक मुंडा उठदा पिया फिर वो गोरी आई इत्थे आ के इत्थे बाबा जी नाल भी सारिआं नाल मिली है लेकिन बाबा जी मिलन लग्या थोड़ी उंज भी औरत तो थोड़ा करदे सन तो ज आके मिलीए तो उन्हें मिलना मिलते नहीं सन फिर बाबा जी वे कहा कि तू सी मिलो हाथ मिलाया हाथ मिलाया तो किन्नी देर वो हाथ ही धोते रहे आखन लगे कि वो अपने अपने जेहन की गल हों कि हाथ लग गया हाँ जी किन्नी देर हाथ धोते रहे तो फिर वो दहरे मिलन वास्ते आए सन फिर उन्होंने दिल भी रखन वास्ते बंदे ने बाबा जी की गल उन्होंने मननी पई। फिर साढ़े उन्होंने जो वालद सन इकबाल उर्फ बालीवाल सा जो तखलस है या साड़ी जी पहचान है वह बालीवाल है मतलब कि साढ़े फैमिली के नाल जिन्ना तक बालीवाल नहीं वो साड़ी पहचान नहीं है। अच्छा बिलाल साहब थोड़ा दसो कि बाबा जी जी ना उन्होंने उन्होंने शादी कदों हुई सी ते किन्ने उन्होंने बच्चे सन? बाबा जी की शादी 1925 च शादी हुई सी 1925 च कुश्ती हुई सी गामू कल्लू वाले नाल उस तो एक साल बाद 1926 च शादी हुई है बाबा जी की जी है ना ते बाबा जी दे मेरे माशाला मामू सन दो मामू सन ते दो मेरिया खाला सन एक मेरी अम्मी सन उन्होंने पांच बच्चे सन। अच्छा सही है। थोड़ी बहुत भलवानी की थी? हाँ जी मैं अपने टाइम स्कूल च मैं मैटर किया मैं स्कूल टाइम च डिवीजन वालों कबड्डी खेलता रहा फिर अपने मेले शेले जड़े होंगे सन अपने पिंडा च चार चफेरे च उ फिर कुश्ती उ खोलता रहा वा मैं। अच्छा ते बाबा जी जिहड़े ने ओ होर कोई उन्हां दा वाकया सुनाओ उन्हां दी कुश्तियां दे बारे जां कोई होर कोई बड़ा मशहूर वाकया जिहड़ा दिलचस्प होए? बहुत बहुत बड़ियां बड़ियां मीदे भलवान नाल कुश्ती होई है बाबा जी दी फिर बड़े बड़े वड्डे पहलवान ने जिन्हां नाल बाबा जी दी कुश्ती होईयां ने ते जदों खाड़ा उन्हां दा हुंदा सी उस दौर दे विच ते किन्ना कोई भलवान हुंदा सी ते की उत्थे किस तरह करदे ने प्रैक्टिस? साढ़े बाबा जी जिहड़े वड्डे साढ़े दसदे ने कि आंदे ने 100 भलवान नूं जोर करवांदे सन बाबा जी साढ़े जिहड़ा इन्हां दा उस्ताद सी बूटा भलवान वह भी सारे नूं जोर करवाते सन विच ही बाबा जी होंदे सन जिदन बाबा जी जोर नहीं वड्डे करदे उदन सारे नूं वड्डे बाबा जी जोर करवाते सन
ਗੁੰਗਾ ਭਲਵਾਨ लेकिन उस टाइम च भी बड़ा ही सी जो खाते पींदे सन रेंदे सन भलवान माशाला बहुत वड्डा डेरा ਤੇ ਅੱਜ ਵੀ ਉਹਨਾਂ ਦਾ ਡੇਰਾ ਉੱਥੇ ਮੌਜੂਦ ਹੈ। ਹਾਂਜੀ ਇਨਸ਼ਾਅੱਲਾ ਜੀ। ਅੱਛਾ ਸਹੀ ਹੈ। ਅੱਛਾ ਹੁਣ ਥੋੜਾ ਜਿਹਾ ਵੀ ਦੱਸ ਦਿਓ ਕਿ ਇੱਥੇ ਜਿਹੜੇ ਤੁਹਾਡੇ ਜਿਹੜੇ ਹੈਗੇ ਨੇ ਬਾਬਾ ਜੀ ਦੇ ਜਿਹੜਾ ਹੈਗਾ ਘਰ ਹੈ ਇੱਥੇ ਲੋਕੀ ਆਉਂਦੇ ਨੇ ਉਹਨਾਂ ਨੂੰ ਮਿਲਣ ਜਾਂ ਵੇਖ ਉਹਨਾਂ ਦਾ ਜਿਹੜਾ ਹੈਗਾ ਮਤਲਬ ਨਿਸ਼ਾਨੀਆਂ ਵੇਖਣ ਡੇਰਾ ਜਾਂ ਵੈਸੇ ਪਿੰਡ ਵੇਖਣ। ਹਾਂਜੀ ਮੈਂ ਇੰਡੀਆ 'ਚੋਂ ਆਇਆ ਹਾਂ ਜੀ ਅੱਜ ਤੋਂ 15-16 ਸਾਲ ਪਹਿਲਾਂ 'ਚੋਂ ਆਏ ਹਾਂ ਜੀ। ਇੱਕ ਉਹਨਾਂ ਦਾ ਨਾਂ ਸੀ ਬਾਠ ਸਿੰਘ ਸੀ ਮੁੰਡਾ ਜਿਹਾ ਸੀ ਉਹ ਕਹਿਣ ਲੱਗਾ ਕਿ ਸਾਡੇ ਵੱਡੇ ਦੱਸਦੇ ਹਨ ਕਿ ਉਹ ਲੜਕਾਣਾ ਸਾਹਿਬ ਆਏ ਸਨ ਅਤੇ ਫਿਰ ਇੱਥੇ ਵੀ ਉਹ ਮਿਲਣ ਵਾਸਤੇ ਆਏ ਸਨ। ਫਿਰ ਸਾਡੇ ਆਪਣਾ ਰਾਣੇ ਨੇ ਇੱਥੇ ਉਗੋਕੀ ਰਾਣਾ ਸ਼ਮੀਮ ਸਾਹਿਬ ਉਹਨਾਂ ਦੇ ਹਨ ਚਾਚੇ ਦੇ ਬੇਟੇ ਸਨ ਰਾਣਾ ਪਰਵੇਜ਼ ਉਹਨਾਂ ਦੇ ਵੀ ਕੋਈ ਤਲਕ ਵਾਲੇ ਸਨ ਉਹ ਫਿਰ ਨਾਲ ਉਹਨਾਂ ਦੇ ਆਏ। ਫਿਰ ਸਾਡੇ ਇੱਥੇ ਕਾਫੀ ਦੇਰ ਚਾਏ ਸ਼ਾਏ ਪੀਤੀ ਖਾਣਾ ਖੂਣਾ ਖਾਧਾ ਫਿਰ ਕਾਫੀ ਦੇਰ ਉਹਨਾਂ ਪਿੰਡ 'ਚ ਵਿਜ਼ਿਟ ਵੀ ਕੀਤਾ। ਫਿਰ ਆਪਣੇ ਘਰ ਚਾਰ ਜਿਹੜੇ ਸਨ ਉਹ ਉਹਨਾਂ ਵੇਖੇ ਕਿ ਸਾਡੇ ਆਏ ਹਨ ਜੀ ਹੈ। ਨਹੀਂ ਜੀ ਅਜੇ ਕਿਉਂਕਿ ਹੁਣ ਸ਼ੌਕ ਬਹੁਤ ਮਹਿੰਗਾ ਹੈ ਹੁਣ ਸ਼ੌਕ ਬਹੁਤ ਮਹਿੰਗਾ ਮਹਿੰਗੇ ਤੋਂ ਬਣਾ ਦੇ ਕਿ ਜਿੰਨੀਆਂ ਕੁ ਮਹਿੰਗਾਈ ਹੈ ਜਾਂ ਜਿਸ ਤਰ੍ਹਾਂ ਵੀ ਇਹ ਕੰਮ ਬਾਕੀ ਪ੍ਰੋਫੈਸ਼ਨਲੀ ਕੰਮ ਛੋਟੇ ਮੋਟਾ ਅਖਾੜਾ ਅਲਹਮਦੁਲਿਲਾ ਅੱਜ ਵੀ ਬਾ ਦੇ ਅਖਾੜਾ ਮੁੰਡੇ ਜ਼ੋਰ ਸ਼ੋਰ ਕਰਦੇ ਨੇ ਆਪਣੇ ਵੀ ਬੱਚੇ ਤੇਲ ਚੇਲ ਲਾਉਂਦੇ ਨੇ ਬਸ ਉਹ ਪ੍ਰੋਫੈਸ਼ਨਲੀ ਤੱਕ ਨਹੀਂ ਲੇਕਿਨ ਸ਼ੌਕ ਤੱਕ ਆਪਣਾ ਕੰਮ ਜਿਹੜਾ ਨਾ ਉਹ ਹੁੰਦਾ ਖਾੜੇ ਚ ਬੈਠੇ ਹੋਣ ਇਹ ਭਲਵਾਨੀਆਂ ਉਦੋਂ ਹੀ ਹੁੰਦੀਆਂ ਨੇ ਜਦੋਂ ਖਾੜੇ ਚ ਆਪੀ ਵੀ ਬੰਦਾ ਬੈਠਾ ਹੋਵੇ ਹਾਂਜੀ ਵੇਖੋ ਜੀ ਮੇਰੇ ਮਾਮਾ ਜੀ ਸਨ ਮਾਮਾ ਜੀ ਮੇਰੇ ਰੁਸਤਮੇ ਸਿਆਲਕੋਟ ਹੋਏ ਨੇ ਮੇਰੇ ਤਾਇਆ ਜੀ ਤਾਇਆ ਨਦੀਰ ਸਨ ਉਹ ਰੁਸਤਮੇ ਏਸ਼ੀਆ ਹੋਏ ਨੇ ਹਾਂਜੀ ਫਿਰ ਉਹ ਮੇਰੇ ਆਪਣਾ ਤਾਏ ਦਾ ਪੁੱਤਰ ਸੀ ਸ਼ਹਿਜ਼ਾਦ ਪਹਿਲਵਾਨ ਸਨ ਉਹ ਵੀ ਮਤਲਬ ਕਿ ਹਾਈ ਲੈਵਲ 'ਤੇ ਘੁਲਦੇ ਰਹੇ ਨੇ ਫਿਰ ਸਾਡੇ ਪੁੱਪੀ ਦਾ ਪੁੱਤਰ ਸੀ ਗੁਜਰਾਤ 'ਚ ਸਨ ਮੁੱਦਾ ਪਹਿਲਵਾਨ ਬਹੁਤ ਕੁਸ਼ਤੀਆਂ ਘੁਲੀਆਂ ਨੇ ਮੁੱਦੇ ਨੇ ਮਲਕ ਦੁਆਰ ਨਾਲ ਘੁਲੀ ਹੈ ਪੱਪੂ ਨਾਲ ਘੁਲੀ ਹੈ ਹਰ ਜਿੰਨੀਆਂ ਵੀ ਵੱਡੀਆਂ ਕੁਸ਼ਤੀਆਂ ਹਨ ਉਹ ਘੁਲੀਆਂ ਸਨ। ਲਓ ਜੀ ਇਹ ਪੁਰਾਣੇ ਮਕਾਨ ਨੇ ਗੂੰਗਾ ਭਲਵਾਨ ਨੂੰ ਰਾਂਦੇ ਇਹ ਵਿੱਚ ਨਵੇਂ ਵੀ ਕੁਛ ਬਣ ਗਏ ਨੇ ਲੇਕਿਨ ਇਹ ਸਾਰੀ ਜਿਹੜੀ ਲਾਈਨ ਹੈ ਨਾ ਇਹ ਇਸ ਫੈਮਿਲੀ ਦੇ ਨੇ ਗੂੰਗਾ ਭਲਵਾਨ ਹੋਰਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਦੇ ਘਰ ਸਨ ਅਤੇ ਇਹ ਘਰ ਸੀ ਗੂੰਗਾ ਭਲਵਾਨ ਹੋਰਾਂ ਦਾ ਜਿੱਥੇ ਉਹ ਰਹਿੰਦੇ ਹੁੰਦੇ ਸਨ ਇਹ ਜਨਾਬ ਚੁਬਾਰਾ ਬਣਿਆ ਉੱਤੇ ਉਸ ਦੌਰ ਦਾ ਵਾਹ ਜੀ ਵਾਹ ਇਹ ਪਿੰਡੋਂ ਬਾਹਰ ਵਾਰੀ ਇਹਨਾਂ ਦਾ ਘਰ ਹੈ ਅਤੇ ਇਹ ਹੁਣ ਵਿੱਚ ਇਹਨਾਂ ਦੇ ਕੁਛ ਜਿਹੜੇ ਅੱਗੋਂ ਨਵੀਂ ਨਸਲ ਉਹ ਨਵੇਂ ਵੀ ਬਣਾਏ ਨੇ ਮਾਸ਼ਾਅੱਲਾ ਬੜੇ ਅੱਛੇ ਅਤੇ ਇਹ ਜਨਾਬ ਇੱਥੇ ਇੱਥੋਂ ਲੈ ਕੇ ਸਾਰੀ ਲਾਈਨ ਗੂੰਗਾ ਭਲਵਾਨ ਹੋਰਾਂ ਦੇ ਜਿਹੜੇ ਘਰ ਨੇ ਇਹ ਉਹਨਾਂ ਦੀ ਹੈ ਬੈਕ ਸਾਈਡ ਤੁਹਾਨੂੰ ਦਿਖਾ ਰਿਹਾ ਫਰੰਟ ਤਾਂ ਇਹਨਾਂ ਨਵੇਂ ਬਣਾ ਲਏ ਨੇ ਲੇਕਿਨ ਇਹ ਇੱਕ ਦੋ ਕੰਧ ਜਿਹੜੀਆਂ ਨਾ ਇਹ ਪੁਰਾਣੀਆਂ ਰਹਿ ਚੁੱਕੀਆਂ ਰਹਿ ਗਈਆਂ ਨੇ ਇਹ ਬਿਲਕੁਲ ਪੁਰਾਣੀ ਲਓ ਜੀ ਇਹ ਬਾਬਾ ਜੀ ਗੂੰਗਾ ਭਲਵਾਨ ਹੋਰੀ ਨੇ ਅਤੇ ਇਹ ਸ਼ਾਦੀ ਦੀ ਤਸਵੀਰ ਸ਼ਾਦੀ ਦੀ ਕਿਆ ਬਾਤ ਹੈ ਜੀ ਇਹ ਵਿੱਚ ਬੈਠੇ ਨੇ ਇਹ ਹੈਗੇ ਨੇ ਜੀ ਤਾਇਆ ਜੀ ਰੁਸਤਮੇ ਏਸ਼ੀਆ ਨਾਂ ਕੀ ਸੀ ਇਹਨਾਂ ਦਾ ਨਜ਼ੀਰ ਭਲਵਾਨ ਨੇ ਜੀ ਅਤੇ ਜੀਰਾ ਪਹਿਲਵਾਨ ਪੂਰਾ ਜੀਰਾ ਪਹਿਲਵਾਨ ਵਾਹ ਜੀ ਵਾਹ ਇਹ ਹੋ ਗਏ ਮਹਾਰਾਜ ਦੀਨ ਸਾਹਿਬ ਬੇਟੇ ਨੇ ਗੂੰਗਾ ਭਲਵਾਨ ਅਨਵਰ ਭਲਵਾਨ ਹੋਰੀ ਨੇ ਜਲਾਲਪੁਰ ਜੱਟਾਂ ਦੇ ਤੇ ਇਹ ਵੱਡੇ ਮਾਮਾ ਜੀ ਯਾਨੀ ਵੱਡੇ ਬੇਟੇ ਨੇ ਭਲਵਾਨ ਹੋਰਾਂ ਦੇ ਵਾਹ ਜੀ ਵਾਹ ਲਓ ਜੀ ਇਹ ਆਪਣਾ ਜੇ ਹੈ ਜੇ ਭਲਵਾਨ ਹੋਰੀ ਗੂੰਗਾ ਭਲਵਾਨ ਹੋਰੀ ਤੇ ਡਿਪਟੀ ਕਮਿਸ਼ਨਰ ਮਿਲਣ ਆਏ ਸਨ ਉਹਨਾਂ ਨੂੰ ਖਾੜੇ ਤੇ ਪੁਰਾਣਾ ਅਖਾੜਾ ਅੱਜ ਵੀ ਦੀਵਾਰਾਂ ਪੁਰਾਣੀਆਂ ਤੇ ਇਹਨਾਂ ਦੇ ਭਾਈ ਨੇ ਤੇ ਨਾਲ ਹੋਰ ਵੀ ਭਲਵਾਨ ਜਿਹੜੇ ਇਹਨਾਂ ਦੇ ਸਾਰੀ ਉਮਰ ਇੱਥੇ ਹੀ ਉਹਨਾਂ ਗੁਜ਼ਾਰ ਛੱਡੀ ਫਿਰ ਲਓ ਜੀ ਇਹ ਭਲਵਾਨ ਉਹਨਾਂ ਚੁੱਕੀ ਹੈ ਮੁਗਲੀਆਂ ਦੋ ਇਹ ਜਿਹੜੀਆਂ ਦੋ ਮੁਗਲੀਆਂ ਨੇ ਅੱਜ ਵੀ ਉਹਨਾਂ ਦੇ ਖਾੜੇ 'ਚ ਮੌਜੂਦ ਨੇ ਇਹ ਭਲਵਾਨ ਉਹਨਾਂ ਨੇ ਚੁੱਕੀਆਂ ਨੇ ਮੋਢੇ 'ਤੇ ਐਕਸਰਸਾਈਜ਼ ਕਰਨ ਵਾਸਤੇ ਬਹੁਤ ਵਜ਼ਨੀ ਨੇ ਇਹ ਜਨਾਬ ਬੜੇ ਵਜ਼ਨੀ ਨੇ ਭਲਵਾਨਾਂ ਦਾ ਹੀ ਕੰਮ ਹੈ ਕਿ ਇਹਨਾਂ ਨਾਲ ਐਕਸਰਸਾਈਜ਼ ਕਰਨੀ ਇਹਨਾਂ ਦੇ ਨਾਲ ਖੇਡਣਾ
ਸਾਡੇ ਵਾਸਤੇ ਰੋਗ ਨੇ। ਇਹ ਸਾਰਾ ਹਾਤਾ ਜਨਾਬ ਉਹੋ ਹੀ ਪੁਰਾਣੇ ਦੌਰ ਤੇ ਪੁਰਾਣਿਆਂ ਦਾ ਸੀ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੈਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰੱਖਾ।